ਤੁਸੀਂ ਦੇਖ ਰਹੇ ਹੋ ਜੀ ਅੰਬੇਦਕਰ ਮਿਸ਼ਨ ਨਿਊਜ਼ ਚੈਨਲ। ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਮਾਣਾ ਦੀ ਇੱਕ ਔਰਤ ਦੀ ਸ਼ਿਕਾਇਤ ਤੇ ਮੇਹਟੀਆਣਾ ਪੁਲਿਸ ਵੱਲੋਂ ਜਾਂਚ ਦੌਰਾਨ ਬਸਪਾ ਦੇ ਪ੍ਰਧਾਨ ਐਡਵੋਕੇਟ ਬਲਵਿੰਦਰ ਕੁਮਾਰ ਲਾਡੀ ਸਮੇਤ ਪਿੰਡ ਮਾਣਾ ਦੇ 7 ਦੋਸ਼ੀਆਂ ਖਿਲਾਫ਼ ਕੁੱਟਮਾਰ ਕਰਨ ਤੇ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰੰਤੂ ਉਕਤ ਨਾਮਜ਼ਦ ਦੋਸ਼ੀਆਂ ਵੱਲੋਂ ਬਸਪਾ ਦੀ ਲੀਡਰਸ਼ਿਪ ਦੀ ਸ਼ਹਿ ਤੇ ਥਾਣਾ ਮੇਹਟੀਆਣਾ ਦੇ SHO ਨੂੰ ਸਸਪੈਂਡ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਬਸਪਾ ਪਾਰਟੀ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਦਾ ਸਬੰਧ ਵਿੱਚ ਅੱਜ ਪੀੜਤੀਆਂ ਨਰਿੰਦਰ ਕੌਰ ਦੀ ਅਗਵਾਈ ਵਿੱਚ ਥਾਣਾ ਮੇਹਟੀਆਣਾ ਮੂਹਰੇ ਨਾਮਜ਼ਦ ਬਲਵਿੰਦਰ ਲਾਡੀ ਸਮੇਤ ਸਮੁੱਚੀ ਬਸਪਾ ਲੀਡਰਸ਼ਿਪ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਮੁਕਦਮੇ ਵਿੱਚ ਮੁੱਖ ਦੋਸ਼ੀ ਬਸਪਾ ਪ੍ਰਧਾਨ ਬਲਵਿੰਦਰ ਕੁਮਾਰ ਲਾਡੀ ਦਾ ਪੁਤਲਾ ਵੀ ਸਾੜਿਆ ਗਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਜਾਣਕਾਰੀ ਦਿੰਦਿਆਂ ਪੀੜਤੀਆਂ ਨਰਿੰਦਰ ਕੌਰ ਨੇ ਕਿਹਾ ਕਿ ਬਲਵਿੰਦਰ ਕੁਮਾਰ ਲਾਡੀ ਅਤੇ ਉਸ ਦੇ ਦੋਸ਼ੀਆਂ ਸਾਥੀਆਂ ਵੱਲੋਂ ਅਜੇ ਵੀ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਜਾ ਰਹੀਆਂ ਨੇ। ਹੋਰ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਸ ਬਲਵਿੰਦਰ ਲਾਡੀ ਬਸਪਾ ਦੀ ਕੋਰਟ ਵਿੱਚ ਗਰੀਬ ਜਨਤਾ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਆਪਣੇ ਵਕੀਲ ਪੁਣੇ ਦੀ ਧੋਸ ਦਿਖਾ ਕੇ ਮੁਲਜ਼ਮਾਂ ਨੂੰ ਨਾਲ ਧੱਕਾ ਕਰ ਰਹੇ ਹਨ। ਉਸ ਨਾਲ ਸਾਰਿਆਂ ਆਧਾਰਿਕ ਮਾਮਲਿਆਂ ਵਿੱਚ ਬਸਪਾ ਦੇ ਅਹੁਦੇਦਾਰ ਵੱਲੋਂ ਉਸ ਦਾ ਸਾਥ ਦਿੱਤਾ ਜਾਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਹੁਸ਼ਿਆਰਪੁਰ ਤੋਂ ਗੁਲਜ਼ਾਰ ਬੁਕੜਾ ਦੀ ਖਾਸ ਰਿਪੋਰਟ। ਪੰਜਾਬ ਦੀ ਕਈ ਸਾਰੀ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ। ਬਸਪਾ ਪਾਰਟੀ ਮਰਦਾਬਾਦ, ਮਰਦਾਬਾਦ, ਮਰਦਾਬਾਦ। ਬਸਪਾ ਰਹਿਮਤੀ ਮਰਦਾਬਾਦ, ਮਰਦਾਬਾਦ, ਮਰਦਾਬਾਦ। ਜਿਹੜੇ ਔਰਤਾਂ ਦੇ ਜ਼ੁਲਮ ਦੇ ਰਾਖਿਆਂ ਦੀ ਹਰਪ ਕਰ ਮੇਰਾ ਨਾਮ ਨਰਿੰਦਰ ਕੌਰ ਆ। ਕੀ ਮਸਲਾ ਜੀ ਤੁਸੀਂ ਇੱਥੇ ਥਾਣੇ ਪਹੁੰਚੇ ਆ? ਮੈਨੂੰ ਲਾਡੀ ਜਿਹੜਾ ਹੈ ਨਾ BSP ਦਾ ਪ੍ਰਧਾਨ, ਇਹ ਸਾਨੂੰ ਸਾਡੇ ਘਰ 'ਤੇ ਨਹੀਂ ਹਮਲਾ ਕੀਤਾ। ਹਮਲਾ ਕਰਨ ਦੇ ਬਾਅਦ ਇਹਨੂੰ ਅਸੀਂ ਆਪਾਂ ਇੱਥੇ ਥਾਣੇ ਰਿਪੋਰਟ ਵੀ ਦਿੱਤੀ ਆ, 5-6 ਦਿਨ ਹੋ ਗਏ ਹਾਲੇ ਇਹ ਗ੍ਰਿਫਤਾਰ ਨਹੀਂ ਹੋਇਆ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਅਤੇ ਹਾਂ, ਅਸੀਂ ਦਿੱਤੀ ਸੀ ਐਪਲੀਕੇਸ਼ਨ, ਇਹ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਅਸੀਂ 3 ਦਿਨ ਉਡੀਕਦੇ ਰਹੇ, ਉਸ ਤੋਂ ਬਾਅਦ ਅਸੀਂ ਥਾਣੇ ਆ ਕੇ ਆਪਣੀ ਰਿਪੋਰਟ ਦਿੱਤੀ। ਅਸੀਂ ਇਹ ਮੰਗ ਕਰਦੇ ਹਾਂ ਕਿ ਲਾਡੀ ਨੂੰ ਤਾਂ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕੱਲ੍ਹ ਨੂੰ ਮੇਰੇ ਬੱਚਿਆਂ ਨੂੰ ਵੀ ਬਹੁਤ ਖਤਰਾ, ਸਾਡੇ ਘਰ ਦੇ ਆਲੇ ਦੁਆਲੇ ਬਹੁਤ ਘੁੰਮਦੇ ਆ ਇਹ।